बिस्मिल्लाह रहमान रहीम नई वीडियो के साथ हाजिर हैं। अगर आपको ये वीडियो पसंद आए लाइक करें, शेयर करें, सब्सक्राइब करें, आपकी मेहरबानी। आज आपको मैं कनक की बुजाई के बारे में बताऊंगा कि चाचे हनीफ ने ये कनक लेट क्यों बुजाई की है, इसके बारे में आपको बताऊंगा। ठीक है चाचा नीफ साहब, आओ जरा सामने जी। हाँ जी, हाँ जी चाचा जी, गल भी कमाल से आप बड़े चिर का बेचा होया सी, आप कणक क्यों एडी लेट बीजी है? ये कणक की कटाई, कमाल की कटाई लेट हुई है। नहीं, कमाल की कटाई लेट हुई है तो हुण आपां जिहड़ी कणक लेट बीजी है ਇਹ ਆਪਾਂ ਨੂੰ ਪੈਦਾਵਾਰ ਪੂਰੀ ਦੇਗੀ ਕਿ ਨਹੀਂ ਦੇਗੀ? ਇਹ ਪੈਦਾਵਾਰ ਪੂਰੀ ਕਰ ਜਾਂਦੀ। ਇੱਕ ਡੀਆਪੀ ਲਾਈ ਹੈ ਥੱਲੇ। ਅੱਛਾ ਜੀ। ਇੱਕ ਸੋਨਾ ਯੂਰੀਆ ਲਾਈ ਹੈ। ਅੱਛਾ ਜੀ। ਸਵਾ ਮਣ ਬੀ ਪਾਇਆ ਹੈ। ਠੀਕ ਹੈ ਜੀ। ਨਾਲ ਵਾਹ ਇਹਦੀ ਹੈ, ਵਾਹ ਦੀ ਮਿਹਨਤ ਹੁੰਦੀ ਹੈ ਸਾਰੀ ਗਰੰਟੀ। ਅੱਛਾ ਜੀ। 14,000 ਰੁਪਏ ਦੀ ਇਹਦੀ ਵਾਹ ਹੋ ਗਈ। ਅੱਛਾ ਜੀ। ਤੇ ਅੱਲਾ ਖੈਰ ਕੀਤੀ ਤੇ ਜਿਸ ਵੇਲੇ ਉੱਤੋਂ ਬਾਹਰ ਨਿਕਲਿਆ ਦੀ ਫੁੱਟੇ ਦੀ ਉਹਲੇ ਪਾਣੀ ਲਾ ਦਿਆਂਦੇ ਤੇ ਨਾਲ ਬੋਰੀ ਖਾਦ ਦੀ ਉੱਤੋਂ ਮੁੜ 2 ਸਾਲ ਦਿਆਂਦੇ ਤੇ ਕੋਈ 25-30 ਮਨ 40 ਮਨ ਦੀ ਔਰਤ ਨਿਕਲੇਗੀ? ਖਾਦ ਇਹਨੂੰ ਮੁਕੰਮਲ ਪੂਰੀ ਤਿਆਰੀ ਵਿੱਚ ਹੋ ਜਾਏ ਤੇ 60 ਦੇ ਨੇੜੇ ਅੱਪੜ ਜਾਏ, 50-60 ਤੇ। ਇਹ ਤਾਂ ਤੁਹਾਡੀ ਗੱਲ ਸਹੀ ਹੈ, ਬਿਲਕੁਲ। ਚਲੋ ਠੀਕ ਹੈ, ਤੇ ਫਿਰ ਗੱਲ ਕਰਨ ਦਾ ਮਕਸਦ ਹੈਗਾ ਤੇ ਜਿਹੜਾ ਆਪਣਾ ਦੂਸਰਾ ਕਿੱਲਾ ਬੀਜਿਆ ਇਸ ਤੋਂ ਪਹਿਲਾਂ ਉਹਦੀ ਕੀ ਸੂਰਤ ਹਾਲ ਹੈ? ਕੋਈ ਕਣਕ ਫੁੱਟੀ ਕਿ ਨਹੀਂ ਫੁੱਟੀ? ਨਹੀਂ, ਉਹ ਕਣਕ ਠੀਕ ਫੁੱਟ ਪਈ ਹੈ। ਠੀਕ ਫੁੱਟ ਪਈ ਹੈ। ਹਾਂਜੀ, ਚਲੋ ਠੀਕ ਹੈ। ਤੇ ਇਹ ਹੁਣ ਜਿਹੜਾ ਆਪਣਾ ਕਮਾਦ ਬਚ ਗਿਆ, ਹਾਂਜੀ, ਇਸ ਕਮਾਦ ਦਾ ਹੁਣ ਆਪਾਂ ਕੀ ਕਰਨਾ ਹੈ? ਇਸ ਕਮਾਦ ਦਾ ਆਪਾਂ ਕਰਨਾ ਹੈ ਕਿ 3 ਕਿੱਲੇ ਬੀਜ ਲਾਉਣਾ ਹੈ। ਅੱਛਾ ਜੀ। ਇਹ ਬੀਜ ਵਿੱਚੋਂ ਡੱਕ ਕੇ ਜਿਸ ਵੇਲੇ ਬਿਜਾਈ ਸ਼ੁਰੂ ਹੋਵੇ ਦੀ, ਅੱਛਾ ਜੀ, ਜਿੰਨਾ ਬੀਜ ਲੱਗਣਾ ਲੱਗ ਜਾਂਦਾ, ਬਾਕੀ ਇਹ ਕਟਾ ਕੇ ਤੇ ਮੰਡੀ ਸਾਹਿਬ ਦੇ ਲੈ ਜਾਂਦੇ ਵੇਲਣੀਆਂ ਵਾਲੇ। ਅੱਛਾ। ਇਹ ਉਸ ਟਾਈਮ ਟਾਈਮ ਹੋ ਜਾਂਦਾ, ਰੇਟ 400 450 ਰੁਪਈਆ। ਅੱਛਾ। ਤੇ ਦੂਸਰੇ ਨੰਬਰ ਦੀ ਗੱਲ ਹੈਗੀ ਇਹ ਵੀ ਚਾਚਾ ਜੀ, ਇਹ ਜਿੱਥੇ ਆਪਾਂ ਕਣਕ ਬੀਜੀ ਹੈ, ਹਾਂਜੀ, ਇਹ ਆਪਣਾ ਕਮਾਦ ਦਾ ਕਮਾਦ ਜਿਹੜਾ ਕਿੰਨੇ ਦਾ ਹੈ? ਇਹ ਕਮਾਦ ਹੈ 2,90,000 ਦਾ। 2,90,000 ਰੁਪਈਏ ਦਾ। ਤੇ ਇਹਦੇ ਉੱਤੇ ਖਰਚਾ ਕੀ ਆਇਆ ਆਪਣਾ? ਖਰਚਾ ਕਮਾਦ ਤੇ, ਆ ਕਮਾਦ ਤੇ ਜਿਹੜਾ ਆਪਾਂ ਪਾਣੀ ਦਾ, ਤੇ ਕਮਾਦ ਤੇ ਤਕਰੀਬਨ ਕੋਈ 70-80,000 ਹੋ ਹੀ ਗਿਆ। ਅੱਛਾ, ਹੋ ਗਿਆ। ਤੇ ਆਪਾਂ ਕੋਲ ਸਾਨੂੰ ਕੱਢ, ਤੁਹਾਡੇ ਕੱਢ ਕਢਾ ਕੇ ਕੋਈ 50-60,000 ਰੁਪਇਆ ਤੁਹਾਨੂੰ ਤੀਸਰੇ ਹਿੱਸੇ ਦਾ ਆ ਜਾਏਗਾ। ਮਿਹਨਤ ਹੈਗੀ ਹੈ ਕਿ ਰੁਪਈਆ ਕੋਈ 80,000 ਤੇ ਅੱਪੜ ਜਾਣਗੇ। ਅੱਪੜ ਜਾਣਗੇ। ਤੇ ਹੁਣ ਹਾਂਜੀ, ਇਸ ਤੋਂ ਬਾਅਦ ਆਹ ਜਿਹੜਾ ਆਪਣਾ ਕਮਾਦ ਹੈ, ਹਾਂਜੀ, ਇਹ ਕਿਉਂ ਇੰਨਾ ਜਿੰਨਾ ਖਰਚਾ ਇੱਥੇ ਕੀਤਾ ਇੰਨਾ ਖਰਚਾ ਹੀ ਆਪਾਂ ਇੱਥੇ ਕੀਤਾ? ਠੀਕ ਹੈ। ਤੇ ਇਹ ਕਮਾਦ ਕਿਉਂ ਨਹੀਂ ਸਾਡਾ ਹੋ ਗਿਆ ਸਹੀ ਤਰੀਕੇ? ਇਹ ਕਮਾਦ ਨੂੰ ਕਿਰਾਇਆ ਵੱਜ ਕੇ ਮਿੱਟੀ ਇਹਦੀ ਚੁੱਕੀ ਗਈ ਹੈ, ਥੱਲੇ ਆ ਰੇਤ। ਅੱਛਾ। ਜਿਹੜਾ ਪਾਣੀ ਲਾਈਦਾ ਉਹ ਰੇਤ ਥੱਲੇ ਪੀ ਜਾਂਦੀ ਹੈ, ਇਹਦੀ ਤਾਂ ਵਾਸਤੇ ਪੈਦਾਵਾਰ ਘੱਟ ਰਹਿੰਦੀ ਘੱਟ ਰਹਿੰਦੀ ਹੈ। ਹੁਣ ਇਹਨੂੰ ਐਤਕੀ ਇਸ ਕਿੱਲੇ ਦੇ ਵਿੱਚ ਆਪਾਂ ਐਤਕੀ ਕੀ ਬੀਜਣਾ ਹੈ? ਕਮਾਦ ਦੁਬਾਰਾ ਫੱਗਣ ਚ, ਫੱਗਣ ਦਾ ਵਿੱਚ ਬੀਜਦੇ ਨੇ ਕਮਾਦ? ਕਮਾਦ ਬੀਜਦਾ ਫੱਗਣ ਵਿੱਚ। ਫੱਗਣ ਚ ਹੁਣ ਦੁਬਾਰਾ ਇਹਦੇ ਚ ਕਮਾਦ ਬੀਜਣਾ ਹੈ ਕਿ ਇਹਨੂੰ ਪੈਲੀ ਨੂੰ ਆਪਾਂ ਸਾਹ ਦਵਾਉਣਾ? ਇਸ ਪੈਲੀ ਨੂੰ ਸਾਹ ਦਵਾਉਣਾ, ਇਹਦੇ ਵਿੱਚ ਪੱਠੇ ਬੀਜਾਂਗੇ। ਅੱਛਾ ਜੀ। ਪੱਠੇ ਬੀਜ ਕੇ ਉਦੋਂ ਉੱਤੇ ਫਿਰ ਅਗਲੇ ਸਾਲ ਨੂੰ ਤਿਆਰੀ ਹੋਵੇ ਦੀ, ਇਹਦੇ ਵਿੱਚ ਨਾਲ ਕੋਈ ਮਿੱਠਾ ਦੀ ਟਰਾਲੀ ਜਾਂ ਕੋਈ 4 ਟਰਾਲੀਆਂ ਕਲਰ ਸੱਟ ਕੇ, ਅੱਛਾ, ਫਿਰ ਇਹ ਮੁਕੰਮਲ ਤਿਆਰ ਹੋਵੇ ਦਾ, ਨਾਲੇ ਸਾਹ ਲੈ ਲੈਦਾ, ਨਾਲੇ ਮੋੜੇ ਪੈਦਾਵਾਰ ਪੂਰੀ ਕਰ ਜਾਏ। ਅੱਛਾ, ਗੱਲ ਇਹ ਹੈਗੀ ਇਹ ਵੀ ਕਣਕ ਦੀ ਵੀ ਆਪਣੀ ਗੱਲ ਹੋ ਗਈ ਤੇ ਕਮਾਦ ਦੀ ਵੀ ਆਪਣੀ ਗੱਲ ਹੋ ਗਈ। ਅਸੀਂ ਚਾਚਾ ਜੀ ਤੁਹਾਡੇ ਤੇ ਇਤਮਾਦ ਕਰ ਲਏ, ਅਸੀਂ ਤੁਹਾਨੂੰ ਰੱਖਿਆ ਹੋਇਆ। ਹਾਂਜੀ, ਗੱਲ ਕਰਨ ਦਾ ਮਕਸਦ ਹੈਗਾ ਵੀ ਸਾਡੇ ਨਫੇ ਨੁਕਸਾਨ ਦੇ ਤੁਸੀਂ ਜ਼ਿੰਮੇਦਾਰ ਜੇ। ਹੁਣ ਗੱਲ ਇਹ ਵੀ ਅੱਗੇ ਆਪਣਾ 12 ਕਿਲੋ ਦੁੱਧ ਹੁੰਦਾ ਸੀ ਤੇ ਹੁਣ ਆਪਣਾ ਦੁੱਧ ਹੋ ਗਿਆ 10 ਕਿਲੋ ਤੇ, ਇਹ ਕੀ ਵਜ੍ਹਾ ਕੀ ਬਣ ਗਈ? ਕੱਲ ਬੁੱਢੇ ਨੂੰ ਮੈਂ ਕੈਪਟਨ ਦਾ ਵੱਡਾ ਵੀ ਦੇ ਕੇ ਭੇਜਿਆ, ਠੀਕ ਹੈ, ਉਸ ਤੋਂ ਬਾਅਦ ਰੋਟੀਆਂ ਵੀ ਪਾਈਆਂ ਨੇ, ਖਲ ਵੀ ਪਾਈ ਹੈ, ਤੇ ਦੁੱਧ 10 ਕਿਲੋ ਹੋ ਗਿਆ, 2 ਕਿਲੋ ਆਪਣਾ ਦੁੱਧ ਘੱਟ ਗਿਆ। ਇਹ 2 ਕਿਲੋ ਦੁੱਧ ਘੱਟ ਗਿਆ, ਧੁੱਪ ਨਹੀਂ ਨਿਕਲ ਰਹੀ। ਅੱਛਾ, ਸਰਦੀ ਹੈ ਜਿਹੜੀ, ਡੰਗਰਾਂ ਬੰਦਿਆਂ ਨੂੰ ਖਾਧੀ ਖਲੀ ਤੇ ਡੰਗਰਾਂ ਨੂੰ ਕੀ? ਅੱਛਾ, ਇਹ ਸਰਦੀ ਦੇ ਵਿੱਚ, ਮਤਲਬ ਇਹ ਸਰਦੀ ਦੇ ਵਿੱਚ ਇਹ ਡੰਗਰਾਂ ਦੇ ਵੀ ਅਸਰ ਪੈਂਦਾ? ਇਹ ਹਰ ਚੀਜ਼ ਤੇ ਪੈਂਦਾ ਅਸਰ, ਸ਼ਬਦਾਲੇ ਦੇ ਉੱਤੇ ਵੀ ਕੋਰਾ ਪੈਣ ਲੱਗ ਪਈ, ਸਾਰੇ ਤੇ ਵੀ ਪੈ ਜਾਂਦਾ। ਤੇ ਦੂਸਰੇ ਨੰਬਰ ਦੀ ਗੱਲ ਚਾਚਾ ਜੀ, ਆਪਣੀ ਤੂੜੀ ਖਤਮ ਹੋਈ ਜਾ ਰਹੀ ਹੈ, ਇਹਦਾ ਵੀ ਆਪਾਂ ਕੋਈ ਸੱਦੇ ਬਾਪ ਕਰੀਏ, ਤੇ ਸੱਦੇ ਬਾਪ ਕਰੀਏ ਇਹਦੇ ਵਾਸਤੇ ਆਪਾਂ ਕੋਈ ਪਾਂਦ ਖਰੀਦੀਏ, ਪਰਾ ਪਾਂਦ ਖਰੀਦ ਕੇ ਤੇ ਤੂੜੀ ਨੂੰ ਥੋੜਾ ਰੁਕਵਾਈਏ। ਉਹਦੀ ਵਜ੍ਹਾ ਕੀ ਹੈ ਕਿ ਅਗਰ ਇਹ ਮੌਸਮ ਇਸ ਤਰ੍ਹਾਂ ਹੀ ਰਿਹਾ ਤੇ ਆਪਾਂ ਖੁਸ਼ਕ ਚਾਰੇ ਤੋਂ ਤੰਗ ਹੋਵਾਂਗੇ। ਹਾਂਜੀ, ਬਿਲਕੁਲ ਠੀਕ ਹੈ, ਸੁਬਾ ਕਲਾ ਦਿਆ ਜੇ। ਹਾਂ, ਇਨਸ਼ਾਅੱਲਾ ਤਾਲਾ ਫੇਰ ਵਾਲੇ ਗੱਲ ਹੈ ਕਿ ਰੁਪਈਏ ਕੋ ਪਹਿਲੋਂ ਲਾ ਲਿਆ ਜੇ ਕਾਹਦੇ ਜੀ ਟੋਕੇ ਤੇ, ਔਰ ਟੋਕਾ ਮੈਂ ਇਨਸ਼ਾਅੱਲਾ ਤਾਲਾ ਜਿਸ ਦਿਨ ਆਪਾਂ ਨੂੰ ਗੋੜਾ ਵਾਲਿਆਂ ਨੇ ਪੈਸੇ ਦੇ ਲੈਣੇ ਉਸ ਤੋਂ ਅਗਲੇ ਦਿਨ ਹੀ ਤੁਹਾਡਾ ਟੋਕਾ ਆ ਜਾਣਾ। ਦੂਜਿਆਂ ਨੂੰ ਭਾਵੇਂ ਉੱਲੀ ਲੱਗ ਜਾਏ ਤੁਹਾਨੂੰ ਰੁਪਈਆ ਰੱਖ ਲਾ, ਜਮਾ ਕਰ ਲਾ, ਜਮਾ ਕਰ ਲਾ।
चाचा जी वेखो कणक की बिजवाई वास्ते दो किले आप कणक बीजी उसके जो 50-60 हज़ार रुपया खर्चा आया वो इवें ही आया। तीसरे नंबर की गल है जी, केड़े बंदे दा दिल करदा कट के लावे हर बंदे की कोशिश होंगी भी उतो सारे। हाँ ये तो गल हैगी अपने छतरे की सूरत हाल है छतरे सर्दी तो कोई कमजोर होंगे मेरे ख्याल इन्होंने चनिया दबंदा बना के लिया। नंगे लगे फिर लामा मिलेगा गल करन दा मकसद है एक बच्चे ने कहा जी लाहौरी दुध पी गया लाहौरी तुहाडे काबू नहीं आता जी लाहौरी शैतान ही होंदे ने शैतान होंदे चाचा जी उन्हें रस्सा रुस्सा पा के रखिया करो ओ आदी मां नूं उन्हें आख्या डांस ही करना सी होर ने की करना। हां जी तो मैं तुहाडे वास्ते एक उत्थे पई मेरे को अपना बिस्कुट मैं पादा सी तो अज मेनू लैणी याद नहीं रहा इंशाल्लाह सवेरे चलो जो भी तेरा टाइम निकले तू आ जी भाई बूट तेरे उ आप ठीक है एक टारच लाजमी चाहिए चाचा दसा कर तू दसदा नहीं तू संघदा रहना लाहौरी चलिए।